ਜੀ ਸਤਿ ਜੀ ਦਿਵਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਹੁਣ ਮੋਟਰਸਾਈਕਲ ਤੇ ਸਕੂਟੀ ਚਲੌਣ ਵਾਲਿਆਂ ਨੇ ਜੇ ਕੀਤਾ ਇਹ ਕੰਮ ਤਾਂ ਹੋਵੇਗਾ ਮੋਟਾ ਚਾਲਾਨ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਹੱਦ ਤਵਾਂ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਮੋਟਰ ਵਹੀਕਲ ਐਕਟ ਅਨੁਸਾਰ ਤੁਹਾਨੂੰ ਭਾਰਤ ਵਿੱਚ ਵਾਹਨ ਚਲਾਉਂਦੇ ਸਮੇਂ ਕੁਝ ਚੀਜ਼ਾਂ ਪਹਿਨਣੀਆਂ ਚਾਹੀਦੀਆਂ ਨੇ ਨਿਯਮ ਅਨੁਸਾਰ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਪੂਰੀ ਤਰ੍ਹਾਂ ਬੰਦ ਜੁੱਤੀਆਂ ਪਹਿਨਣੀਆਂ ਜ਼ਰੂਰੀ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ 1000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਜੀ ਹਾਂ ਇਸ ਤਰ੍ਹਾਂ ਗੱਡੀ ਚੋਂਣ ਵਾਲੇ ਵਿਅਕਤੀ ਲਈ ਪੈਂਟ ਦੇ ਨਾਲ ਕਮੀਜ਼ਾਂ ਜਾਂ ਟੀ-ਸ਼ਰਟ ਪਹਿਨਣੀ ਜ਼ਰੂਰੀ ਹੈ ਇਸ ਨਿਯਮ ਦੀ ਉਲੰਘਣਾ ਕਰਨ ਵਾਲੇ ਨੂੰ 2000 ਰੁਪਏ ਦਾ ਜੁਰਮਾਨਾ ਹੈ ਭਾਰਤ ਸਰਕਾਰ ਟ੍ਰੈਫਿਕ ਰੂਲਸ ਤੇ ਸੇਫਟੀ ਵਾਈਲੇਸ਼ਨਸ ਨੂੰ ਲੈ ਕੇ ਲਗਾਤਾਰ ਸਖਤੀ ਹੁੰਦੀ ਜਾ ਰਹੀ ਹੈ ਜੀ ਹਾਂ ਉਸ ਤੇ ਨੂੰ ਲਾਗੂ ਕਰਨ ਲਈ ਵਾਹਨ ਬਣਾਉਣ ਦੇ ਦੇਸ਼ਾ ਨਿਰਦੇਸ਼ਾਂ ਤੇ ਹੋਰ ਪਹਿਲੂਆਂ 'ਚ ਕੋਈ ਬਦਲਾਅ ਕੀਤੇ ਗਏ ਹਨ ਪਰ ਅਸੀਂ ਅੱਜ ਇਸ ਬਾਰੇ ਗੱਲ ਨਹੀਂ ਕਰ ਰਹੇ ਅੱਜ ਅਸੀਂ ਕਾਟ ਪਤਾ ਹੋਣ ਵਾਲੇ ਟ੍ਰੈਫਿਕ ਰੂਲਸ ਦੀ ਗੱਲ ਕਰਾਂਗੇ ਜਿੰਨਾ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੀ ਹਾਂ ਬੇਸ਼ੱਕ ਤੁਸੀਂ ਸਵਾਰੀ ਕਰਦੇ ਸਮੇਂ ਹੈਲਮਟ ਪੈਨੋ ਪਹਿਨਣ ਵਰਗੇ ਨਿਯਮਾ ਦਾ ਇਹ ਸਿੱਧਾ ਤੁਹਾਨੂੰ ਹੋਗੇ ਪਰ ਕਾਨੂੰਨ ਅਨੁਸਾਰ ਸਲੀਪਰ ਜਾਂ ਚੱਪਲ ਪਾ ਕੇ ਦੋ ਪੌਣਾ ਪਹੀਆ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਹੈ ਜੀ ਹਾਂ ਅੱਜ ਅਸੀਂ ਤੁਹਾਨੂੰ ਜਿਹੇ ਬਾਰੇ ਜਾਣਕਾਰੀ ਦਿੱਤੀ ਹੈ ਖਬਰਾਂਨ ਤੱਕ ਦੇਖਣ ਲਈ ਤੁਹਾਡਾ